ਹੁਣ ਤੂੰ ਇਹ ਦੱਸ ਆਪਾਂ ਗੱਲ ਕਦੋਂ ਤੋਰੀਏ ਜੇ ਮੈਨੂੰ ਕਿਸੇ ਵੀ ਸਲਾਹ ਦੀ ਲੋੜ ਹੋਊਗੀ ਨਾ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਨਾ ਤੁਹਾਨੂੰ ਆਪਣੀ ਕੁੜਮਣੀ ਤੇ ਧੀ ਦਿੰਦੇ ਨਹੀਂ ਸੀਗੇ ਜਿਹੜੇ ਮੂੰਹ ਚੱਕ ਕੇ ਤੁਰੀ ਜਾਂਦੇ ਹੋ ਤੇਰੇ ਪਿੱਛੇ ਮੁੜ ਕੇ ਦੇਖ ਕੀ ਗੱਲ ਖੁਸ਼ੀ ਨਹੀਂ ਹੋਈ ਜੱਫੀ ਪਾ ਲਈ ਯਾਰ ਪਰੇ ਹੋ ਯਾਰ ਉਰੇ ਆ ਤੈਨੂੰ ਮੈਂ ਮਨਾ ਕੀਤਾ ਸੀ ਨਾ ਇੱਥੇ ਆਉਣ ਤੋਂ ਇੱਥੇ ਕੀ ਕਰਦਾ ਪਿਆ ਤੂੰ ਮੇਰੀ ਲੱਡ ਕਿਉਂ ਗੁੱਸੇ ਹੋਈ ਜਾਂਦੀ ਆ ਉਹ ਤੇਰੇ ਸਹੁਰੇ ਆ ਤੇ ਮੇਰੇ ਵੀ ਤਾਂ ਸਹੁਰੇ ਆ ਮੈਂ ਆ ਨਹੀਂ ਸਕਦਾ ਤੂੰ ਵੀ ਤਾਂ ਆਇਆ ਹੀ ਆ ਜੇ ਮੈਂ ਤੈਨੂੰ ਕਹਾ ਉੱਥੇ ਹੀ ਕਰਦਾ ਤੂੰ ਤੈਨੂੰ ਕਿਹੋ ਜਿਹਾ ਲੱਗੂਗਾ ਉਹ ਐਵੇਂ ਨਾ ਸੁਪਨੇ ਦੇਖੀ ਜਾ ਹੁਣ ਇੱਥੇ ਜੇ ਤੂੰ ਆ ਹੀ ਗਿਆ ਨਾ ਇੱਕ ਗੱਲ ਦਾ ਧਿਆਨ ਰੱਖੀ ਵਿਆਹ ਦੇ ਇਕੱਠ 'ਚ ਕਿਸੇ ਨੂੰ ਪਤਾ ਨਹੀਂ ਲੱਗਿਆ ਪਰ ਇੱਥੇ ਹੁਣ ਘਰਦੇ ਘਰਦੇ ਨੇ ਜੁੱਤੀਆਂ ਬਹੁਤ ਪੈਣਗੀਆਂ ਜੇ ਕੋਈ ਗਲਤ ਹਰਕਤ ਕੀਤੀ ਉਹ ਨਹੀਂ ਕਰਦਾ ਯਾਰ ਹੁਣ ਚਾਹ ਪੀ ਲਈਏ ਯਾਰ ਇੱਧਰ ਆ ਜਾ ਚਾਹ ਪਾਣੀ ਪੀਣ ਦੀ ਬਜਾਏ ਨਾ ਦੂਜੀ ਸੇਵਾ ਨਾ ਕਰਾ ਲਈ ਯਾਰ ਉਰੇ ਆ ਦੇਖ ਮੈਂ ਕੋਈ ਭੂੰਡ ਆਸ਼ਕੀ ਨਹੀਂ ਕਰਦਾ ਪਿਆ ਠੀਕ ਹੈ ਨਾ ਅੱਛਾ ਤਾਂ ਇਸ ਮੁੰਡੇ ਨੇ ਟਿਸ਼ੂ ਪੇਪਰ ਤੇ ਨੰਬਰ ਲਿਖ ਕੇ ਦਿੱਤਾ ਸੀ ਮਿੰਦੋ ਤੂੰ ਤਾਂ ਫਸ ਗਈ ਦੇਖੀ ਚੱਲ ਹੁਣ ਤੇਰਾ ਬਣਦਾ ਕੀ ਹੈ ਜੇ ਮੈਂ ਇਹਦੇ ਪਿਓ ਨੂੰ ਦੱਸਦਾ ਤਾਂ ਵੱਧ ਤੋਂ ਵੱਧ ਘਰੇ ਕਲੇਸ਼ ਪਊਗਾ ਪਰ ਜੇ ਮੈਂ ਸਾਰਾ ਕੁਛ ਹੋਣ ਦੇ ਦਾਂ ਤਾਂ ਮੇਰੇ ਰਾਹ ਦਾ ਸਭ ਤੋਂ ਵੱਡਾ ਰੋੜਾ ਹਟ ਜਾਊਗਾ ਹੁਣ ਤਾਂ ਅੱਗ ਲੱਗ ਗਈ ਬਸ ਤੇਲ ਪਾ ਕੇ ਭਾਂਬੜ ਬਚਾਉਣੇ ਆ ਉਹ ਜਿਹਨੇ ਹੱਥ ਮੰਗਣਾ ਹੁੰਦਾ ਨਾ ਉਹ ਮਾਂ ਪਿਓ ਨੂੰ ਭੇਜਦਾ ਏਦਾਂ ਇਕੱਲਾ ਨਹੀਂ ਆਉਂਦਾ ਪ੍ਰੋਸੈਸ ਆ ਇਹ ਕੋਈ ਤਰੀਕਾ ਹੁੰਦਾ ਉਹ ਫਿਰ ਪ੍ਰੋਸੈਸ ਕਰੋ ਮੈਂ ਕਹਿੰਦਾ ਪ੍ਰੋਸੈਸ ਨਾ ਕਰੋ ਹੁਣ ਜਿਹਨੂੰ ਕਰਨਾ ਚਾਹੀਦਾ ਜਦ ਉਹ ਕਰਦਾ ਹੀ ਨਹੀਂਗਾ ਤਾਂ ਬੰਦਾ ਆਪ ਹੀ ਕਰੂਗਾ ਨਾ ਉਹ ਆਪ ਨਹੀਂ ਤੂੰ ਕੁਛ ਕਰ ਸਕਦਾ ਆਪ ਤਾਂ ਇਕੱਲਾ ਇੱਥੇ ਜੁੱਤੀਆਂ ਹੀ ਖਾਏਗਾ ਜੋ ਉਹਦੇ ਬਾਪੂ ਨੇ ਦੇਖ ਲਿਆ ਨਾ ਭੁੱਲ ਜਾ ਵੀ ਤੇਰਾ ਰਿਸ਼ਤਾ ਹੋ ਜੂ ਫਿਰ ਮੈਨੂੰ ਲੁਕੋ ਦੇ ਕਿਤੇ ਮਿੰਦੋ ਦਾ ਕਮਰਾ ਕਿਹੜਾ ਦੱਸ ਮੈਂ ਲੁਕ ਜਾਣਾ ਉੱਥੇ ਉਹ ਯਾਰ ਤੂੰ ਕਿਉਂ ਕਿਸੋਂ ਲਖਾਉਣ ਵਾਲੇ ਕੰਮ ਕਰਦਾ ਮੇਰੇ ਕਹਿਣ ਦਾ ਇਹ ਮਤਲਬ ਆ ਇੱਥੋਂ ਨਿਕਲ ਜਾ ਕਮ ਸੇ ਕਮ ਚਾਹ ਤਾਂ ਪਿਆ ਦੋ ਚਾਹ ਪੀ ਕੇ ਤਾਂ ਜਾਊਂਗਾ ਨਾ ਚੱਲ ਚਾਹ ਮੈਂ ਤੇਰੀ ਗੱਡੀ 'ਚ ਭੇਜਦਾ ਤੂੰ ਬੈਠ ਗੱਡੀ 'ਚ ਮੈਂ ਸਾਲਾ ਤੇਰੇ ਸਹੁਰਿਆਂ ਦੇ ਵਿੱਚ ਸਪੀਡ ਮਾਰਨੀ ਆ ਮੈਂ ਡਰਾਈਵਰ ਗੱਡੀ 'ਚ ਭੇਜ ਦਿੰਦਾ ਚਾਹ ਕੋਲ ਬਿਠਾ ਕੇ ਆਰਾਮ ਨਾਲ ਪਿਆਉ ਮੈਂ ਇਸ ਘਰ ਦਾ ਪ੍ਰਾਹੁਣਾ ਤੂੰ ਧੱਕੇ ਨਾਲ ਹੀ ਬਣੀ ਜਾਂਦਾ ਹੱਥ ਜੋੜਦਾ ਭਰਾਵਾ ਤੇਰੇ ਅੱਗੇ ਉਹਦਾ ਪਿਓ ਆਉਣ ਵਾਲਾ ਚਲਿਆ ਜਾ ਇੱਥੋਂ ਚਲਿਆ ਜਾਂਦਾ ਗੱਡੀ 'ਚ ਹੀ ਬੈਠਾ ਮੈਂ ਪਰ ਜਦੋਂ ਉਹਦਾ ਡੈਡੀ ਚੱਲਿਆ ਗਿਆ ਫਿਰ ਤਾਂ ਮੈਨੂੰ ਬੁਲਾ ਲੇਗਾ ਨਾ ਹਾਂ ਹਾਂ ਠੀਕ ਆ ਕੋਈ ਨਹੀਂ ਤੈਨੂੰ ਮੈਂ ਬੁਲਾ ਲੂੰਗਾ ਤੂੰ ਜਾ ਉਹ ਚੱਲਿਆ ਧੱਕੇਗਾ ਤੇ ਮਰੀ ਜਾਂਦਾ ਤੂੰ ਪਾ ਪਤਾਸੇ ਬਾਹਰ ਹੀ ਹਾਂ ਮੈਂ ਟੈਨਸ਼ਨ ਲੈ ਲੈ ਜਾਂਦਾ ਮੈਂ ਵੀ ਨਹੀਂ ਲਓ ਸਾਲੀ ਸਾਹਿਬਾ ਹੁਣ ਤੁਹਾਡੇ ਨਾ ਆ ਛੱਲਾ ਵੀ ਪਾ ਹੀ ਦਿੰਦੇ ਆ ਛੱਲਾ ਵੀ ਪਵਾ ਲੈਂਦੇ ਆ ਜੀਜਾ ਜੀ ਪਰ ਪਹਿਲਾਂ ਮੈਨੂੰ ਇਹ ਦੱਸੋ ਵੀ ਪਤਾਸੇ ਤੇ ਛੱਲਾ ਪਾਉਂਦੇ ਕਿਉਂ ਹੁੰਦੇ ਨੇ ਇਹ ਤਾਂ ਜੀ ਹੁਣ ਮੈਨੂੰ ਪਤਾ ਨਹੀਂ ਕਿਸੇ ਸਿਆਣੇ ਨੂੰ ਹੀ ਪੁੱਛਣਾ ਪਊ ਡੈਡੀ ਜੀ ਇਹ ਕਾਹਦੇ ਵਾਸਤੇ ਪਾਉਂਦੇ ਹੁੰਦੇ ਨੇ ਜੀ ਬੇਟਾ ਪਤਾ ਤਾਂ ਮੈਨੂੰ ਵੀ ਨਹੀਂ ਹੈਗਾ ਮੈਨੂੰ ਵੀ ਕਿਸੇ ਸਿਆਣੇ ਤੋਂ ਹੀ ਪੁੱਛਣਾ ਪੈਣਾ ਭਾਬੀ ਤੁਹਾਨੂੰ ਪਤਾ ਕਾਹਦੇ ਵਾਸਤੇ ਪਾਉਂਦੇ ਇਹ ਸਗਨ ਪਤਾ ਤਾਂ ਮੈਨੂੰ ਵੀ ਨਹੀਂ ਹੈਗਾ ਕਿਸੇ ਸਿਆਣੇ ਨੂੰ ਹੀ ਪੁੱਛਣਾ ਪੈਣਾ ਬਸ ਇੰਨਾ ਕੁ ਪਤਾ ਵੀ ਰਿਵਾਜ ਬਣਿਆ ਹੋਇਆ ਉਹ ਸਿਆਣਿਆਂ ਨੂੰ ਪੁੱਛਦੇ ਪੁੱਛਦੇ ਨਾ ਤੁਸੀਂ ਮੇਰਾ ਛੱਲਾ ਨਾ ਮਰਵਾ ਦਿਓ ਜੀਜੇ ਜੀ ਪਾਓ ਛੱਲਾ ਅੱਛਾ ਕਿਰਨ ਕਿੱਥੇ ਆ ਕਿਰਨ ਉਹ ਤਾਂ ਜੀਜੇ ਜੀ ਕੱਲ੍ਹ ਹੀ ਚਲੀ ਗਈ ਮੈਨੂੰ ਫੜਾ ਦਿਓ ਮੈਂ ਫੜਾ ਦੂੰਗੀ ਉਹਨੂੰ ਰੋਜੇ ਆ ਗਏ ਤੁਸੀਂ ਆ ਜਾਓ ਬੈਠੋ ਮੈਂ ਬਾਅਦ ਚ ਬੈਠੂ ਆਪਣੀ ਧੀ ਨੂੰ ਲੈ ਕੇ ਉਧਰ ਆ ਉਹ ਇਹਨਾਂ ਨੇ ਮੈਨੂੰ ਬੁਲਾਇਆ ਹੀ ਨਹੀਂ ਹੈਗਾ ਇਹਨਾਂ ਨੂੰ ਪਤਾ ਨਹੀਂ ਕਰੇ ਜਵਾਈ ਬੈਠਾ ਉਹ ਇਹ ਨਾ ਗੱਬਰ ਆ ਸਾਡੇ ਘਰ ਦਾ ਇਹਨਾਂ ਨੇ ਕੋਈ ਨਾ ਕੋਈ ਪੁਆੜਾ ਪਾਉਣਾ ਹੀ ਹੁੰਦਾ ਮੈਂ ਦੇਖ ਕੇ ਆਈ ਹੁਣ ਕਿਹੜਾ ਪੁਆੜਾ ਪਾਇਆ ਦੇਖ ਲਓ ਜੀ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਜਿਹੜਾ ਤੁਹਾਡਾ ਭਰਾ ਆਹ ਕੁਛ ਕਰਦਾ ਸਗਨਾਂ ਵਾਲੇ ਕੰਮ ਵਿੱਚ ਮੂੰਹ ਐਂ ਕਰੀ ਫਿਰਦਾ ਆ ਕੀ ਬੋਲਾਂ ਮੈਂ ਚੁੱਪ ਹੀ ਠੀਕ ਆ ਹਾਂਜੀ ਸਰਦਾਰ ਜੀ ਹੁਣ ਕਿਉਂ ਬੁਲਾਇਆ ਤੈਨੂੰ ਨਹੀਂ ਪਤਾ ਸਾਰੀ ਗੱਲ ਤੈਨੂੰ ਦੱਸਣੀ ਪਊਗੀ ਆ ਜਿਹੜਾ ਤੇਰੀ ਧੀ ਦੇ ਛੱਲਾ ਪਾਇਆ ਨਵੇਂ ਜਵਾਈ ਨੇ ਉਹਨੂੰ ਉਤਰਵਾ ਕੇ ਵਾਪਸ ਕਰਕੇ ਆ ਪਰ ਕਿਉਂ ਇਹਦੇ ਵਿੱਚ ਗਲਤ ਕੀ ਆ ਤੁਹਾਨੂੰ ਵੀ ਪਤਾ ਇਹ ਰਸਮ ਰਿਵਾਜ ਹੁੰਦੇ ਨੇ ਜੇ ਆਪਾਂ ਨਹੀਂ ਕੀਤੇ ਤਾਂ ਇਹਦਾ ਮਤਲਬ ਇਹ ਨਹੀਂ ਵੀ ਕੋਈ ਵੀ ਨਹੀਂ ਕਰੂਗਾ ਹੁਣ ਤੂੰ ਮੇਰੇ ਨਾਲ ਬਹਿਸ ਕਰੇਂਗੀ ਲੱਗਦਾ ਕੁੜਮਣੀ ਦਾ ਅਸਰ ਹੋ ਗਿਆ ਜਿਹੜਾ ਕੁਛ ਤੈਨੂੰ ਕਿਹਾ ਨਾ ਉਹ ਕਰ
एक मिनट बेटा बैठो तुसी, मैं हुणे आया। भगवान ने चल एक मिनट माड़ा देखिए की गल। ताया थोड़ा ऐह जा क्यों है, ये लग ही लैनमेंट फड़ी रखता सारे तो इहदा इलाज करना पैना। तू इत्थे की करदा? मेरे सहुरिया दे घरे कलेश पिया पिया, ते मैं आवां ना? गुरी बहुत हो गया हुण, इहनू ना इत्थों भेज दो। भुल गए तुसी भी तो मेरी भैन की झोली पतासे पाए सी, छल्ला पाया सी। ये रसम रिवाज हुंदे ने, छल्ला नहीं वापस होना। इहदे च मीते दी पता किन्नी हदक आ? ओ कोई हदक नहीं हुंदी भाभी। वीरे तू यही चाहना ना छल्ला वापस हो जाए, मैं छल्ला वापस करवा देना। पर वीरे मैनू एक गल दसो, छल्ला तुसी वापस करवाना क्यों आ? इहदे विच तुहानू इतराज की आ? सिद्धी जी गल आ मीते, मेरे जवाई ने किसे नू छल्ला पाया नहीं, तेरे जवाई तो मैं किसे नू छल्ला पाउण नहीं देना, ना कुछ लेना ना कुछ देना। वीरे आ किदां दीआं गल्लां करी जांदे तुसी? ਉਹ ਮੈਂ ਤਾਂ ਲੈਣ ਦੇਣ ਬਾਰੇ ਕਦੇ ਸੋਚਿਆ ਹੀ ਨਹੀਂ, ਕਦੇ ਪਰਿਵਾਰ ਵਿੱਚ ਕੋਈ ਫਰਕ ਹੀ ਨਹੀਂ ਸਮਝਿਆ ਮੈਂ ਤਾਂ ਅੱਜ ਤਾਈਂ। ਉਹ ਵੀਰੇ ਛੱਲਾ ਪਾਉਣਾ ਆਪੋ ਆਪਣੀ ਮਰਜ਼ੀ ਹੁੰਦੀ ਆ, ਨਾਲੇ ਆਪੋ ਆਪਣੀ ਪਹੁੰਚ ਹੁੰਦੀ ਆ। ਅੱਛਾ, ਜਾਣੀ ਤੂੰ ਇਹ ਕਹਿਣਾ ਚਾਹੁੰਦਾ ਕਿ ਤੇਰੇ ਜਿੰਨੀ ਮੇਰੀ ਪਹੁੰਚ ਨਹੀਂ ਰਹੀ, ਹੁਣ ਮੈਂ ਤੇ ਤੋਂ ਥੱਲੇ ਹੋ ਗਿਆ। ਕਹਿਣ ਦਾ ਕੀ ਮਤਲਬ ਆ? ਹੁਣ ਮੈਂ ਤੈਨੂੰ ਮਤਲਬ ਸਮਝਾਵਾਂ। ਪੈਲਸ ਦੀ ਜਗ੍ਹਾ ਵਿਆਹ ਤੂੰ ਘਰ ਕੀਤਾ, ਸਾਜੋ ਸਜਾਵਟ ਖਾਣ ਪੀਣ ਦੀਆਂ ਚੀਜ਼ਾਂ ਵੱਧ ਤੋਂ ਵੱਧ ਕੀਤੀਆਂ, ਇਹ ਤੂੰ ਮੈਨੂੰ ਨੀਵਾਂ ਹੀ ਦਿਖਾਇਆ। ਮੇਰੀ ਕੁੜਮਾਚਾਰੀ ਦੇ ਵਿੱਚ ਤੂੰ ਸਾਰੇ ਕਿਤੇ ਮੇਰੀ ਬੇਇੱਜ਼ਤੀ ਕਰਵਾਤੀ। ਤੁਹਾਨੂੰ ਕੁੜਮਾਚਾਰੀ ਦੀ ਕਦੋਂ ਤੋਂ ਪਰਵਾਹ ਹੋਣ ਲੱਗ ਗਈ ਵੀਰੇ? ਆਪਣੀ ਕੁੜੀ ਦੇ ਵਿਆਹ ਵਿੱਚ ਤੁਸੀਂ ਨਹੀਂ ਕਿਤੇ ਆਏ, ਉਹ ਵਿਦਾਈ ਵੇਲੇ ਤੁਸੀਂ ਨਜ਼ਰ ਨਹੀਂ ਆਏ, ਮੁੜਦੀ ਗੱਡੀ ਵਿੱਚ ਤੁਸੀਂ ਨਹੀਂ ਸੀ ਕਿਤੇ, ਆਪਣੇ ਹੱਥੀਂ ਕੁੜੀ ਦੀ ਕੋਈ ਰਸਮ ਨਿਭਾਈ ਤੁਸੀਂ ਨਾ, ਹੁਣ ਤੁਹਾਨੂੰ ਕੁੜਮਾਚਾਰੀ ਦਾ ਖਿਆਲ ਕਦੋਂ ਤੋਂ ਆਉਣ ਲੱਗ ਗਿਆ? ਸੁਣਾਤੀਆਂ ਨਾ ਫਿਰ ਮੀਤਿਆ ਤੂੰ ਗੱਲਾਂ, ਊਂ ਤਾਂ ਕਹਿੰਦਾ ਮੈਂ ਕੋਈ ਫਰਕ ਨਹੀਂ ਰੱਖਦਾ। ਏਦਾਂ ਹੀ ਤੂੰ ਛੱਲੇ ਬਾਰੇ ਸੁਣਾਏਗਾ ਕਿ ਮੇਰੇ ਜਵਾਈ ਨੇ ਦਿੱਤਾ, ਤੇਰੇ ਜਵਾਈ ਨੇ ਦਿੱਤਾ ਨਹੀਂ। ਉਹ ਵੀਰੇ ਮੈਂ ਗੱਲਾਂ ਨਹੀਂ ਸੁਣਾਈਆਂ, ਤੁਹਾਡੀ ਗੱਲ ਦਾ ਜਵਾਬ ਦਿੱਤਾ। ਬਸ ਕਰ ਮੀਤੇ, ਉੱਧਰ ਜਵਾਈ ਆਇਆ ਹੋਇਆ ਕੀ ਸੋਚੂਗਾ ਉਹ? ਦੇ ਮੈਨੂੰ ਉੱਧਰ ਆ ਫੜ, ਜਵਾਈ ਨੂੰ ਵਾਪਸ ਕਰ ਦੇ, ਬਾਕੀ ਚਾਹੇ ਸਾਰੇ ਦੁਖੀ ਹੋ ਜਾਣ, ਇਹ ਖੁਸ਼ ਚਾਹੀਦੇ ਨੇ। ਯਾਰ ਕਿੰਨਾ ਨਿਰਦਈ ਪਿਓ ਆ ਇਹ, ਬੁਲਾਓ ਇਹਨੂੰ, ਆਪਾਂ ਸਮਝਾਉਂਦੇ ਆ ਪਿਆਰ ਨਾਲ। ਗੋਰੀ ਮੇਰੇ ਤੋਂ ਨਾ ਹੱਥ ਜੜਾ ਲਾ, ਇਹਨੂੰ ਪਹਿਲਾਂ ਇੱਥੋਂ ਲੈ ਕੇ ਜਾ, ਜੇ ਕਿਸੇ ਨੇ ਸੁਣ ਲਿਆ ਨਾ ਫਿਰ ਦੇਖ ਲਈ। ਭਾਬੀ ਜੇ ਸੁਣਦਾ ਸੁਣ ਲਵੇ, ਡਰਦੇ ਕਾਹਤੇ ਹੋ? ਸਾਹਮਣੇ ਧੱਕਾ ਕਰੀ ਜਾਂਦਾ ਪਿਓ, ਦੱਸ ਕਹਿੰਦਾ ਛੱਲਾ ਨਹੀਂ ਪਾਉਣ ਦੇਣਾ, ਇਹ ਕੀ ਗੱਲ ਹੁੰਦੀ ਆ? ਉਹ ਦਿਓਰਾ ਚੁੱਪ ਕਰ ਜਾ, ਤੁਸੀਂ ਨਾ ਇਹਨੂੰ ਲੈ ਕੇ ਜਾਓ ਪਲੀਜ਼। ਤੂੰ ਚੱਲ ਯਾਰ, ਪਹਿਲਾਂ ਬਾਹਰ ਚੱਲ, ਇਹ ਤੋਂ ਪਹਿਲਾਂ ਤੂੰ ਸਾਨੂੰ ਘਰੋਂ ਕਢਾਵੇਂ ਨਾ, ਤੈਨੂੰ ਲੈ ਕੇ ਚੱਲ। ਉਹ ਯਾਰ ਮੇਰੀ ਗੱਲ ਤਾਂ ਸੁਣ। ਉਹ ਭਰਾਵਾ ਟਲ ਜਾ, ਤੈਨੂੰ ਮੇਰੀ ਯਾਰੀ ਦਾ ਵਾਸਤਾ, ਮੈਂ ਤੈਨੂੰ ਕਿਹਾ ਨਾ ਮੈਂ ਆਪੇ ਗੱਲ ਕਰ ਲੂੰਗਾ। ਤੇਰਾ ਹਿਸਾਬ ਲਾ ਲਿਆ ਮੈਂ, ਤੂੰ ਵਿਆਹ ਕਰਾ ਕੇ ਨਾ ਬਦਲ ਗਿਆ ਯਾਰ, ਯਾਰੀ ਭੁੱਲ ਗਿਆ। ਅੱਗੇ ਦੇਵ ਆਹ ਚਾਹੀਦਾ, ਦੇਵ ਆਹ ਚਾਹੀਦਾ, ਯਾਦ ਕਰ ਕਾਲਜ ਦੇ ਵਿੱਚ ਨਾ ਤੇਰੀ ਸਭ ਤੋਂ ਪਹਿਲੀ ਸੈਟਿੰਗ ਮੈਂ ਕਰਾਈ ਸੀ, ਦੱਸਾਂ ਭਾਬੀ ਨੂੰ? ਭਾਬੀ ਯਾਰ ਰੁਕ ਜਾ ਯਾਰ, ਉਹ ਭਰਾਵਾ ਉਹ ਕਾਲਜ ਦੀਆਂ ਗੱਲਾਂ ਸੀ, ਵਿਆਹ ਹੋ ਗਿਆ ਹੁਣ ਮੇਰਾ, ਤੂੰ ਤਲਾਕ ਕਰਾਏਗਾ ਮੇਰਾ। ਦੇਖਿਆ ਆਪਣੇ ਵਿਆਹ ਦਾ ਤੈਨੂੰ ਕਿੰਨਾ ਫਿਕਰ ਆ, ਉਹ ਮੈਨੂੰ ਵੀ ਤਾਂ ਹੋਣਾ ਚਾਹੀਦਾ ਨਾ। ਤੈਨੂੰ ਪਤਾ ਯਾਰ ਮੈਂ ਕਦੇ ਕਿਸੇ ਕੁੜੀ ਵੱਲ ਦੇਖਿਆ ਤੱਕ ਨਹੀਂ ਅੱਜ ਤੱਕ, ਮੈਨੂੰ ਸੋਹਣੀ ਇੰਨੀ ਲੱਗੀ ਯਾਰ, ਵਧੀਆ ਇੰਨੀ ਲੱਗੀ, ਹੁਣ ਮੈਂ ਦੱਸ ਕੀ ਕਰਾਂ ਯਾਰ, ਆ ਗਿਆ ਦਿਲ ਉਹਦੇ 'ਤੇ। ਉਹ ਤੇਰਾ ਦਿਲ ਆ ਗਿਆ ਠੀਕ ਆ, ਮੈਨੂੰ ਕਿਉਂ ਦਿਲ ਦਾ ਦੌਰਾ ਦੇਣਾ, ਉਹ ਇਹਨਾਂ ਨੇ ਤੇਰਾ ਦਿਲ ਪਾਉਣ ਦੇਣਾ। ਉਹ ਯਾਰ ਆਪਾਂ ਪਰਿਵਾਰਕ ਤਰੀਕੇ ਨਾਲ ਗੱਲ ਕਰਨੀ ਆ, ਕਿਉਂ ਟੈਨਸ਼ਨ ਲੈਣਾ? ਕੀ ਗੱਲ ਪਰਾਉਣਾ ਜੀ, ਆਪਣੇ ਦੋਸਤ ਨੂੰ ਲੈ ਕੇ ਬਾਹਰ ਕਿਉਂ ਖੜ ਗਏ? ਉਹ ਮੈਂ ਸਮਝ ਸਕਦੀ ਹਾਂ, ਤੁਹਾਨੂੰ ਇਹ ਸਾਰਾ ਕੁਛ ਦੇਖ ਕੇ ਬੜਾ ਅਜੀਬ ਲੱਗਿਆ ਹੋਣਾ, ਪਰ ਤੁਹਾਨੂੰ ਪਤਾ ਇੱਥੇ ਪਿਆਰ ਦੇ ਦੁਸ਼ਮਣ ਰਹਿੰਦੇ ਨੇ। ਤੁਹਾਨੂੰ ਪਤਾ ਮੇਰੀ ਵੀ ਲਵ ਮੈਰਿਜ ਹੋਈ ਆ, ਬਹੁਤ ਔਖਾ ਐਡਜਸਟ ਕੀਤਾ ਮੈਂ, ਇਹ ਤਾਂ ਮੈਨੂੰ ਹੀ ਪਤਾ ਵੀ ਮੈਂ ਕੀ ਕੁਛ ਸੁਣਿਆ ਇਸ ਘਰ 'ਚ। ਇਸ ਘਰ 'ਚ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਸਿਵਾਏ ਮੇਰੀ ਪਿਆਰੀ ਨਣਦ ਮਿੰਦੋ ਨੂੰ ਛੱਡ ਕੇ। ਜਾਨੀ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੇ ਉਹਨਾਂ ਨੂੰ ਕੋਈ ਮੁੰਡਾ ਪਸੰਦ ਕਰੇ? ਉਹ ਉਹਨੂੰ ਕਾਹਤੋਂ ਪ੍ਰੋਬਲਮ ਹੋਊਗੀ, ਉਹਨੂੰ ਤਾਂ ਸਗੋਂ ਸਾਥ ਦੇਣ ਵਾਲਾ ਕੋਈ ਚਾਹੀਦਾ।
ते मेरे तो बिना ओदा साथ कोई नहीं दिंदा। ओ ता विचारी प्यार दी भुखी आ। ओ प्यार नाल ता भावे ओदी जान लै लो, विचारी बाली भोली आ, पर ओदा प्यो आहा गब्बर सिंह बहुत दुखी करदा। आ देख लो हुण थोड़े सामने ही आ, उहनूं छल्ला तक नहीं पाउण दित्ता। काश विचारी नूं कोई प्यार करन वाला हुंदा, उहनूं समझण वाला हुंदा, ते उहदियां ख्वाहिशां पूरियां करन वाला हुंदा। मैं हैगा क्यों टैक्सी लैणा, एक मिनट रुको, छल्ले होने ते कुदे ही लिया 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 लिया। आ छल्ला ना उहनूं मेरा मतलब भी इहदे वल्लों दे दिओ, हैं कम से कम ਉਹਦਾ ਦਿਲ ਤਾਂ ਖੁਸ਼ ਹੋ ਜੂਗਾ। ਹਾਂਜੀ ਹਾਂਜੀ ਕੋਈ ਗੱਲ ਨਹੀਂ, ਮੈਂ ਉਹਨੂੰ ਦੇ ਦੂੰਗੀ, ਕਹਿ ਦੂੰਗੀ ਵੀ ਤੁਸੀਂ ਦਿੱਤਾ, ਮਤਲਬ ਇਹਦੇ ਜੀਜੇ ਨੇ ਦਿੱਤਾ, ਇਹੀ ਕਹਿਣਾ ਨਾ। ਮੈਂ ਗੱਡੀ 'ਚ ਬੈਠਾ, ਆ ਜੀ ਹੈ, ਥੈਂਕ ਯੂ। ਹਾਏ 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 ਮੇਰਾ ਸਿਰ ਫਟ ਗਿਆ। कोई लोड़ नहीं, ए सिर भी ना तेरे पेक्या करके दुखन लगा। मम्मी मैं समझ सकती हूँ थोनू केड़ी गल दा गुस्सा, मेरे बापू जी ते चाचा जी ने दोनों ने ब्याह दे कार्ज किते आ, पर दोवां विच जमीन आसमान का फर्क आ। पर मम्मी जी इत्थे सारा कुछ ही बापू होरां दे हत्थ च सी, मेरे हत्थ तां कुछ भी नहीं सी। फिर भी जिहड़ी तुहानूं तकलीफ होई आ उहदे करके मैं तुहाडे हत्थ जोड़ के माफ़ी मंगदी हाँ। ओह बेइज्जती होई मेरी सारिआं च, ते माफ़ी तूं मेरे को कल्ली को मंगी जाणी आ। ठीक आ मम्मी जी, तुसीं मैथों जिहदे अगे कहोगे मैं उहदे अगे माफ़ी मंग लूँगी, चाहे उह इक होवे चाहे सारे जाणे होण, बस तुहाडी खुशी चाहीदी आ। अच्छा जे तू मेरी खुशी चाहनी आ ना, मैं नहीं कहती कि तू दस बंदे विच मेरे को माफ़ी मंग, पर तू अपने बापू के सामने माफ़ी मंग, वह भी ओदियां सारियां गलतियां गिना के। की कही जाने हो मम्मी जी, असी अज तक अपने बापू अगे नहीं बोले, हुण तुहाडे कहे ते मैं किवें उहनां नूं उहनां दीआं गलतियां गिना देवां। असी बहुत तरसे अपने बापू के प्यार लई, बापू तां सानूं पहले ही प्यार नहीं करदा। चुप कर, ਪਹਿਲਾਂ ਤਾਂ ਬੜੀਆਂ ਗੱਲਾਂ ਮਾਰਦੀ ਸੀ, ਹੁਣ ਕੀ ਹੋ ਗਿਆ, ਮੇਰੇ ਅੱਗੇ ਪਤਾ ਡਰਾਮੇ ਕਰਨ ਦੀ ਲੋੜ ਨਹੀਂ, ਤੁਰ ਜਾ ਇੱਥੋਂ। ਚਲੀ ਜਾਂਦੀ ਹਾਂ ਮੰਮੀ, ਤੁਸੀਂ ਪਰ ਇੱਕ ਗੱਲ ਦੱਸ ਦਿਓ, ਕਦੋਂ ਤੱਕ ਮੇਰੇ ਨਾਲ ਇਸ ਗੱਲ ਨੂੰ ਲੈ ਕੇ ਗੁੱਸੇ ਰਹੋਗੇ, ਮੈਂ ਨਾਲੇ ਕੋਈ ਡਰਾਮੇ ਨਹੀਂ ਕਰਦੀ। ਪਿਓ ਦਾ ਪਿਆਰ ਕੀ ਹੁੰਦਾ ਇਸ ਘਰ 'ਚ ਆ ਕੇ ਮੈਨੂੰ ਪਤਾ ਲੱਗਿਆ ਸੀ, ਜਦੋਂ ਡੈਡੀ ਜੀ ਨੇ ਪਹਿਲੀ ਵਾਰ ਮੇਰੇ ਸਿਰ 'ਤੇ ਹੱਥ ਰੱਖਿਆ ਸੀ। ਬਾਬਲ ਦੇ ਬੇੜੇ 'ਚ ਮੈਨੂੰ ਸਿਰਫ ਮੇਰੀ ਮਾਂ ਦਾ ਪਿਆਰ ਮਿਲਿਆ, ਇਸ ਘਰ ਜਾ ਕੇ ਮੈਨੂੰ ਮਾਂ ਪਿਓ ਦੋਨਾਂ ਦੇ ਪਿਆਰ ਦੀ ਉਮੀਦ ਸੀ। ਪਰ ਤੁਹਾਡੇ ਗੁੱਸੇ ਨੂੰ ਦੇਖ ਕੇ ਮੈਨੂੰ ਹੁਣ ਡਰ ਲੱਗਣ ਲੱਗ ਗਿਆ, ਕਿਤੇ ਮੈਂ ਫਿਰ ਆਪਦੀ ਮਾਂ ਦੇ ਪਿਆਰ ਤੋਂ ਵਾਂਝੀ ਨਾ ਰਹਿ ਜਾਵਾਂ। ਮੰਮੀ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਗੁੱਸਾ ਥੁੱਕ ਦਿਓ, ਮੈਨੂੰ ਨੋ ਨਹੀਂ ਧੀ ਬਣਾ ਕੇ ਆਪਦੇ ਗਲੇ ਲਾ ਲਓ, ਮੈਨੂੰ ਦੋਨਾਂ ਦਾ ਪਿਆਰ ਚਾਹੀਦਾ। ਠੀਕ ਹੈ ਪੁੱਤ, ਅੱਜ ਤੋਂ ਬਾਅਦ ਮੈਂ ਤੈਨੂੰ ਕੋਈ ਤਾਨਾ ਨਹੀਂ ਦਿੰਦੀ, ਪਰ ਜਿਸ ਘਰ ਵਿੱਚ ਤੇਰੀ ਮਾਂ ਦੀ ਬੇਇੱਜ਼ਤੀ ਹੋਈ ਹੈ ਤੂੰ ਉਸ ਘਰ 'ਚ ਪੈਰ ਨਹੀਂ ਪਾਉਣਾ। ਤੈਨੂੰ ਇੱਥੇ ਪਿਓ ਦਾ ਪਿਆਰ ਵੀ ਮਿਲੂਗਾ, ਮਾਂ ਦਾ ਪਿਆਰ ਵੀ ਮਿਲੂਗਾ, ਹਰ ਇੱਕ ਖੁਸ਼ੀ ਮਿਲੂਗੀ, ਹੁਣ ਤੂੰ ਮੇਰੀ ਧੀ ਆ, ਉਹਨਾਂ ਦੀ ਨਹੀਂ। ਬੋਲ ਮਨਜ਼ੂਰ ਹੈ? ਕੀ ਹੋਇਆ ਮਿੰਦੋ, ਉਦਾਸ ਕਾਹਤੋਂ ਬੈਠੀ ਹੈ? ਭਾਬੀ
हमेशा मेरे सारे चा मारे जाते हैं, एक छल्ला ही सीगा बापू ने वह भी मड़वा के रखता। वो छल्ले दी की गल आ चक छल्ला। बापू ने तो मना करता सी पौन तो, रह नहीं दो मैं नहीं लैना। वैसे ये थोड़े को कितों आया? ओ कोई ना, जे बापू ने मना किया बापू सामने ना पाई अगे पिछे पाली, नाले ये छल्ला तेरा रांझा दे के गया। कौन रांझा? किदी गल करदे पे हो? ओ ही जिहड़ा व्याह च तेरे मगर मगर फिरदा सी। ओ इत्थे आया सी? ओ इत्थे की करदा सी? नाले मैं तां देखिया नहीं। ओ आया सी ओह, पर नवी दे घर वाले ने ना उहनूं गड्डी च बिठाता, पर जांदा जांदा मैनूं छल्ला दे गया। ओ भी मेरे प्यार दी निशानी मिंदो नूं दे दिओ। प्यार दी निशानी की बोली इन्ने ओ भाभी? नाले ए छल्ला तां मैनूं जीजे ही ने दित्ता सी। ओ हां तू वापस भी तां करता सी, तू ए सोच भी छल्ला तू मम्मी नूं वापस कीता सी ते उहने परौणे तों फड़ के तेरे वास्ते दे के गया। सांभ के रख ला, निशानियां किस्मत वालिआं नूं मिलदीआं ने। छल्ला मुड़ के नहीं आया। नहीं मुड़दा ना मुड़े, मैं हजे छल्ले तो की लैण देना।